ਵਾਰਿਸ ਦੇ ਵਾਰਿਸ ਬਣ ਕੇ ਤੁਸੀਂ ਸੰਸਕਾਰ ਕਰ ਰਹੇ ਹੋ ਸੁਸਾਇਟੀ ਨੂੰ, ਹੁਣ ਤੱਕ ਕਿੰਨੇ ਸੰਸਕਾਰ ਕਰ ਚੁੱਕੇ ਹੋ ਤੇ ਹੁਣ ਅੱਜ ਕੀ ਕਰਕੇ ਕਰ ਰਹੇ? ਪਹਿਲਾਂ ਤਾਂ ਜੀ ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਤੱਕ ਜੇ ਅਸੀਂ ਕਹੀਏ ਜਦੋਂ ਦੀ ਸਾਡੀ ਸੰਸਥਾ ਬਣੀ ਹੈ ਉਦੋਂ ਦਾ ਤਕਰੀਬਨ 450 ਦੇ ਕਰੀਬ ਅਸੀਂ ਜਿਹੜੇ ਪਹਿਲਾਂ ਸੰਸਕਾਰ ਕਰਕੇ ਜਿਹਨਾਂ ਦੇ ਭੋਗ ਪਾ ਚੁੱਕੇ ਹਾਂ, ਔਰ 16 ਦੇ ਹੁਣ ਸਾਡੇ ਕੋਲ ਅਸਥੀਆਂ ਪਈਆਂ, ਉਹਨਾਂ ਦੇ ਅਸੀਂ ਫੁੱਲ ਪਾਉਣੇ ਆ, ਫੁੱਲ ਪਾ ਕੇ ਫਿਰ ਉਹਨਾਂ ਦੇ ਭੋਗ ਪਾਵਾਂਗੇ। ਹੁਣ ਤੱਕ ਮਤਲਬ 2001 ਤੋਂ ਬਣੀ ਵੀ ਸੰਸਥਾ ਸਾਡੀ ਮਤਲਬ ਇਹ ਲੋਅਰ ਡੈਡ ਬੋਡੀਆਂ ਦੇ ਸੰਸਕਾਰ ਕਰਦੀ ਹੈ ਅਤੇ ਇਹ ਕੰਮ ਕਰਦੀ ਆਈ ਹੈ। ਰੋਡ ਐਕਸੀਡੈਂਟ ਕੇਸ ਚੱਕਦੇ ਹਾਂ ਅਸੀਂ, ਇਹ ਟ੍ਰੇਨਾਂ ਵਾਲੇ ਚੱਕਦੇ ਹਾਂ, ਨਹਿਰਾਂ ਵਾਲੇ ਲਿਆਉਂਦੇ ਹਾਂ, ਉੱਥੋਂ ਸਾਨੂੰ ਜਿਹੜੀਆਂ ਡੈਡ ਬੋਡੀਆਂ ਮਿਲਦੀਆਂ ਉਹਨਾਂ ਦੇ ਵਾਰਸ ਬਣ ਕੇ ਜਿਹਨਾਂ ਦਾ ਕੋਈ ਵਾਰਸ ਨਹੀਂ ਟਰੇਸ ਹੁੰਦਾ ਉਹਦਾ ਅਸੀਂ ਅੰਤਮ ਸੰਸਕਾਰ ਕਰਦੇ। ਕੀ ਟੀਚਾ ਹੁੰਦਾ ਤੁਹਾਡਾ ਸੇਵਾ ਦੇ ਨਾਲ? ਸੇਵਾ ਤਾਂ ਜੀ ਗੁਰੂ ਸਾਹਿਬ ਨੇ ਕਿਹਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋਈ ਕਰੇ ਮਨ ਚਿੱਤ ਲਾਏ। ਜਿੰਨੇ ਸਾਡੇ ਨਾਲ ਮੁੰਡੇ ਮੇਰੇ ਖੜੇ ਨਾਲ ਤੁਸੀਂ ਦੇਖਦੇ ਆ, ਇਹਨਾਂ 'ਚੋਂ ਕੋਈ ਤਨਖਾਹੀਆ ਨਹੀਂ ਗਾ, ਕਿਉਂਕਿ ਇਹ ਸਾਰੇ ਆਪਦਾ ਆਪਦਾ ਕੰਮ ਛੱਡ ਕੇ ਸਾਡੇ ਨਾਲ ਇੱਥੇ ਸੰਸਕਾਰ ਕਰਨ ਆਏ ਆ। ਕੋਈ ਆਪਦੇ ਕਿਹੜੇ ਕੰਮ 'ਚੋਂ ਛੱਡ ਗਿਆ, ਕੋਈ ਕਿਹੜੇ 'ਚੋਂ ਛੱਡ ਗਿਆ, ਸਾਰੇ ਮਤਲਬ ਜਾਣਦੀ ਅਸੀਂ ਸੇਵਾ 'ਚ ਦਸਵੰਝ ਪਾਉਣਾ ਚਾਹੁੰਦੇ ਹੁੰਦੇ ਹਾਂ ਵੀ ਸਾਡਾ ਸਵਾਸਾਂ ਦਾ ਸਵੰਝ ਸੇਵਾ 'ਚ ਪੈ ਜੇ, ਕਿਉਂਕਿ ਅਸੀਂ ਉਹਦਾ ਸੇਵਾ ਲਿਖੇ ਲੱਗ ਸਕਦੇ। ਦੇਖੋ ਜੀ ਮੈਸੇਜ ਤਾਂ ਸਾਡਾ ਇਹੀ ਹੈ ਕਿ ਸਾਡੀਆਂ ਗੱਡੀਆਂ ਚੱਲਦੀਆਂ 3-4, ਕਿਉਂਕਿ ਉਹ ਵੀ ਤਕਰੀਬਨ ਸਿਰਫ ਲਾਗਤ 'ਤੇ ਚੱਲਦੀਆਂ, ਕਿਉਂਕਿ ਜਿਨ੍ਹਾਂ ਦੇ ਵਿੱਚੋਂ ਅਸੀਂ ਤਕਰੀਬਨ ਜਿਹੜੇ ਆਮ ਪੈਸੇ ਨਹੀਂ ਕਿ ਜਿਹੜਾ ਤੇਲ ਦਾ ਖਰਚਾ ਅਤੇ ਗੱਡੀ ਦੀ ਖਜਾਈ ਦਾ ਖਰਚਾ ਸਾਡਾ ਨਿਕਲ ਸਕੇ, ਉਹ ਜੇ ਕੋ ਉਹਨਾਂ 'ਚੋਂ ਤਿਲ ਫੁੱਲ ਵੱਜਦਾ ਸਾਨੂੰ ਤਾਂ ਉਹ ਅਸੀਂ ਇਹਨਾਂ ਕਾਰਜਾਂ 'ਤੇ ਲਾਉਂਦੇ ਹਾਂ। ਅਤੇ ਸੰਗਤ ਨੂੰ ਅਸੀਂ ਇਹੀ ਬੇਨਤੀ ਕਰਦੇ ਹੁੰਦੇ ਹਾਂ ਵੀ ਜਿਹੜੀ ਵੀ ਤੁਸੀਂ ਸਾਡੀ ਵੀਡੀਓ ਪੈਂਦੀ ਹੈ ਉਹਨੂੰ ਸ਼ੇਅਰ ਕਰੋ, ਅਤੇ ਜੇ ਕਿਸੇ ਨੇ ਦਸਵੰਝ ਦੇਣਾ ਅਤੇ ਸਾਡੇ ਨਾਲ ਸੰਪਰਕ ਕਰੋ ਅਤੇ ਸਾਨੂੰ ਦਸਵੰਝ ਜ਼ਰੂਰ ਦਿਓ, ਕਿਉਂਕਿ ਜਿਹੜਾ ਕਿ ਅਸੀਂ ਇਹ ਕਾਰਜ ਕਰਦੇ ਰਹੀਏ। ਫਿਲਹਾਲ ਤਾਂ ਇੱਕੋ ਹੀ ਹੈ ਜੀ। ਹਾਂਜੀ ਬਾਈ ਜੀ, ਇੱਕ ਲਵਾਰਿਸ ਪਿੰਡ ਬੋਲੀ ਜੋ ਤੁਸੀਂ ਅੰਤਿਮ ਸੰਸਕਾਰ ਕਰਾ ਰਹੇ ਹੋ, ਕੀ ਹੈ ਸਾਰਾ, ਕਿਹਨਾਂ ਵੱਲੋਂ ਕਰਵਾ ਰਹੇ ਹੋ ਅਤੇ ਕਿੱਥੋਂ ਸੀ, ਕੀ ਸਥਿਤੀ? ਇਹ ਜੀ ਥਾਣਾ ਧਰਮਕੋਟ ਦੇ ਏਰੀਏ 'ਚ ਮਿਲੀ ਸੀ ਡੈੱਡ ਬੋਡੀ ਸਾਨੂੰ ਜੀ 29 ਤਰੀਕ ਨੂੰ ਜੀ। ਉੱਥੇ ਫਿਰ ਸਮਾਜ ਸੇਵੀ ਸੰਸਥਾ ਨੂੰ ਮੈਂ ਕੀਤਾ ਜੀ ਫੋਨ, ਬਾਈ ਜੀ ਨੂੰ ਸਨਿਆਸੀ ਜੀ ਨੂੰ ਵੀ ਉੱਥੇ ਆਪਦੀ ਟੀਮ ਲਿਆ ਕੇ ਅਤੇ ਉੱਥੇ ਡੈੱਡ ਬੋਡੀ ਲਿਆਏ ਸੀ, ਅਤੇ ਲਿਆ ਕੇ ਮੋਰਚੇ 'ਚ ਰੱਖਤੀ, ਇਹਦੀ ਕੋਈ ਪਛਾਣ ਨਹੀਂ ਹੋ ਸਕੀ, ਅੱਜ ਇਹਦਾ ਅੰਤਮ ਸੰਸਕਾਰ ਕਰਨ ਲੱਗੀ ਸੀ ਸਾਡੀ। ਹੈਲੋ।